Audio Jungle. ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਦੀਪਕ ਕੁਮਾਰ ਅੰਮ੍ਰਿਤਸਰ ਵਾਕਿੰਗ ਟੂਰ ਦੇ ਵੱਲੋਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ। ਦੋਸਤੋ, ਅੱਜ ਐਪੀਸੋਡ ਨੰਬਰ 10 ਦੇ ਵਿੱਚ ਅਸੀਂ ਕਟਰਾ ਆਲੂਵਾਲੀਆ ਵਿਖੇ ਗੁਰਦਾਸ ਰਾਮ ਜਲੇਬੀ ਵਾਲੀ ਦੀ ਦੁਕਾਨ 'ਤੇ ਅੰਮ੍ਰਿਤਸਰ ਵਾਕਿੰਗ ਟੂਰ ਦੇ ਨਾਲ ਸਫ਼ਰ ਕਰਾਂਗੇ। ਦੋਸਤੋ, ਇਹ ਦੁਕਾਨ 1956 ਦੇ ਵਿੱਚ ਖੋਲ੍ਹੀ ਗਈ ਅਤੇ ਅੱਜ ਉਹਨਾਂ ਦੀ ਤੀਸਰੀ ਜਨਰੇਸ਼ਨ ਬਿਜ਼ਨਸ ਨੂੰ ਸੰਭਾਲ ਰਹੀ ਹੈ। ਦੋਸਤੋ, ਜਲੇਬੀ ਜਿਸ ਨੂੰ ਕਿ ਦ ਸੈਲੀਬ੍ਰੇਸ਼ਨ ਸਵੀਟ ਆਫ ਇੰਡੀਆ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ, ਅਤੇ ਪੰਜਾਬੀ ਖਾਸ ਤੌਰ 'ਤੇ ਸ਼ਾਇਦ ਹੀ ਕੋਈ ਦਿਨ ਜਾਂ ਤਿਉਹਾਰ ਛੱਡਦੇ ਹੋਣ ਜਦੋਂ ਕਿ ਜਲੇਬੀ ਦਾ ਸਵਾਦ ਨਾ ਚੱਖਦੇ ਹੋਣ। ਅਤੇ ਚਲੋ ਚੱਲਦੇ ਹਾਂ ਅੰਮ੍ਰਿਤਸਰ ਵਾਕਿੰਗ ਟੂਰ ਦੇ ਨਾਲ ਅੱਜ ਦੇ ਸਫ਼ਰ 'ਤੇ ਗੁਰਦਾਸ ਰਾਮ ਜਲੇਬੀ ਵਾਲੀ ਦੀ ਦੁਕਾਨ 'ਤੇ। ਸਾਡੀ ਦੁਕਾਨ ਦਾ ਨਾਂ ਸ਼੍ਰੀ ਗੁਰਦਾਸ ਰਾਮ ਜਲੇਬੀਆਂ ਵਾਲੇ, ਅਤੇ 1956 'ਚ ਖੋਲ੍ਹੀ ਗਈ ਸੀ ਇਹ ਬ੍ਰਾਂਚ, ਅਤੇ ਅੱਜ 61 ਸਾਲ ਹੋਣ ਲੱਗੇ ਹੈ ਇਸ ਦੁਕਾਨ ਨੂੰ। ਮੇਰਾ ਨਾਂ ਗੁਰਚਰਨ ਸਿੰਘ ਹੈ ਜੀ, ਮੈਂ ਅੰਮ੍ਰਿਤਸਰ ਦਾ ਰਹਿਣ ਵਾਲਾ ਹਾਂ, ਅਤੇ ਮੈਂ ਜਦੋਂ ਵੀ ਕਿਤੇ ਦਰਬਾਰ ਸਾਹਿਬ ਆਈਦਾ ਅਤੇ ਇੱਥੋਂ ਲੰਘਦੇ ਟੱਪਦੇ ਜ਼ਰੂਰ ਜਲੇਬੀ ਖਾ ਕੇ ਜਾਈਦੀ ਆ, ਕਿਉਂਕਿ ਇਹਨਾਂ ਦੀ ਜਲੇਬੀ ਐਡੀ ਟੇਸਟੀ ਆ ਕਿ ਬਹੁਤ ਵਧੀਆ ਖਿੱਚ ਲੈਂਦੀ ਬੰਦੇ ਨੂੰ। ਹਾਂ, ਮੈਂ ਮੁੰਬਈ ਸ਼ਹਿਰ, ਸੁਨੀਲ ਸ਼ਰਮਾ ਮੇਰਾ ਨਾਮ ਹੈ ਸਰ, ਕੱਪੜੇ ਕਾ ਕਾਰੋਬਾਰ ਹੈ ਸਰ। ਮੈਂ ਇੱਧਰ ਮਾਰਕੀਟਿੰਗ ਕੇ ਲਈ ਆਤਾ ਹੂੰ, ਲੇਕਿਨ ਯਹਾਂ ਪੇ ਮਾਲੂਮ ਪੜਾ ਕਿ ਇਸ ਚੌਕ ਪੇ ਜਲੇਬੀ ਬਹੁਤ ਅੱਛੀ ਇਨਕੀ ਬਣਤੀ ਹੈ ਰਸਗੁੱਲਾ, ਔਰ ਯਹਾਂ ਕੀ ਖਾਣੇ ਕੇ ਮਤਲਬ ਸਵਾਦਿਸ਼ਟ ਮੇਂ ਨੰਬਰ 1 ਇਨਕਾ ਨਾਮ ਹੈ, ਔਰ ਯਹਾਂ ਕੇ ਹਰ ਚੀਜ਼ ਮੇਂ ਅਲੱਗ ਅਲੱਗ ਸਭ ਟੈਸਟ ਹੈ, ਔਰ ਬਹੁਤ ਅੱਛਾ ਲੱਗਦਾ ਸਰ ਯਹਾਂ ਕੇ। ਸਰ, ਕੀ ਖਾਸੀਅਤ ਕੀ ਹੈ ਤੁਹਾਡੀ ਜਲੇਬੀ ਦੀ? ਇਹ ਬਸ ਇੱਕ ਗੁਰੂ ਦੀ ਨਗਰੀ ਹੈਗੀ ਹੈ, ਗੁਰੂ ਦੀ ਨਗਰੀ ਦਾ ਹੀ ਪ੍ਰਤਾਪ ਹੈਗਾ ਜੀ, ਗੁਰੂ ਰਾਮਦਾਸ ਜੀ ਦੀ ਵਸਾਈ ਨਗਰੀ, ਉਹਨਾਂ ਦੇ ਪ੍ਰਤਾਪ ਕਰਕੇ ਹੀ ਇਹ ਸਵਾਦ ਲੱਗੀ ਜਾਂਦੀ ਹੈ, ਆਪਣੇ ਆਪ ਹੀ ਲੋਕਾਂ ਨੂੰ, ਅਤੇ ਲੋਕ ਆਈ ਜਾਂਦੇ ਆ ਦੂਰੋਂ ਦੂਰੋਂ ਦੀ, ਦਿੱਲੀ, ਬੰਬਈ, ਕਲਕੱਤੇ, ਕਨੇਡਾ ਤੋਂ ਵੀ, ਟੋਰੋਂਟੋ ਤੋਂ ਵੀ ਆਉਂਦੇ ਲੋਕ, ਬੜੀ ਦੂਰ ਦੂਰ ਤੋਂ ਆਉਂਦੇ ਜੀ। ਮੇਰਾ ਨਾਂ ਸੂਰਮ ਸਿੰਘ, 25 ਸਾਲ ਦੇ ਮੈਂ ਕੰਮ ਕਰਦਾ ਜੀ ਇੱਥੇ, ਅਤੇ ਮੈਦਾ ਘੋਲ ਕੇ ਅਤੇ ਤਿਆਰ ਕਰਕੇ ਅਤੇ ਜਲੇਬੀਆਂ ਦੇਸੀ ਘਿਓ 'ਚ ਘੈ ਕੇ ਨਿਕਾਲਣੀ ਆ, ਫਿਰ ਉਹਦੇ ਚਾਹਣੀ 'ਚ ਡੁਬਾਉਣੀ ਆ,